ਨਾਲ ਕਹਿੰਦੇ ਭਿੰਦਾ ਪਵਾਰਾ ਹੋਇਆ ਚਰਚਾ ਦੇ ਵਿੱਚ ਨੇ ਚੜਤਾ ਚੜਾਈ ਹੈ ਕਹਿੰਦੇ ਦੁਨੀਆ ਕਹਿੰਦੇ ਐਵੇਂ ਨਹੀਂ ਫੋਲੋ ਕਰਦੀ ਮੁੰਡਾ ਡਵਾਈ ਜਾ ਰਿਹਾ ਵਾ ਤੇ ਕਿਸੇ ਨੂੰ ਦੱਸਿਓ ਨਾ ਕਿਸੇ ਨੂੰ ਦੱਸਿਓ ਆ ਲੈ ਅੰਕਲ ਆ ਕਿਹੜੀ ਗੱਲ ਆ ਅੰਕਲ ਉਹ ਨਹੀਂ ਯਾਰ ਅੰਕਲ ਆ ਕਿਹੜੀ ਗੱਲ ਕਰਦੀ ਯਾਰ ਦੁਕਾਨ ਨੀ ਲੱਭ ਰਹੀ ਕਿੰਨਾ ਕਰ ਇਹਨੂੰ ਇੰਗਲਿਸ਼ ਕਹਿ ਅੰਕਲ ਮੈਂ ਡਵਾਈ ਜਾ ਰਿਹਾ ਇੰਗਲਿਸ਼ ਕਹਿ ਹਾਂ ਕੀ ਕਹਿੰਦਾ ਮੈਂ ਕਿਹਾ ਭਾਜੀ ਹਾਂ ਬੁੱਧ ਦੇ ਤਾਂ ਗੂਠਿਆਂ ਦੇ ਪਾ ਕੇ ਕਿਹੜੀ ਆ ਇਧਰ ਦੇ 10 ਟੈਚੀ ਤਾਂ ਬੁੱਧ ਦੇ ਇੱਕ ਸਾਈਡ ਤੇ ਹੀ ਆ ਜਾਣਾ ਮੂੰਹ ਚ ਬੁੱਧ ਟੈਚੀਆਂ ਦੀ ਤਾਂ ਲੋੜ ਹੀ ਨੀ ਬੁੱਧੂ ਚੱਲ ਲੋਕੋ ਉੱਠੋ ਤੁਹਾਨੂੰ ਟਿੱਕੀਆਂ ਦੀ ਪਈ ਮੁੰਡਾ ਡਵਾਈ ਚੱਲਾ ਇੱਕ ਵਾਰੀ ਫੇਰ ਫੇਰ ਚੱਲ ਨਹੀਂ ਇੱਕ ਥੋੜਾ ਜਿਹਾ ਗਾਣਾ ਜਿਹੜਾ ਮਰਜੀ ਕੰਧ ਤੇ ਚੜ ਜਾ ਇਹ ਪਾ ਕੇ ਮੈਨੂੰ ਬੀਟ ਬਾਕਸ ਵੀ ਆਉਂਦੀ ਆ ਉਹ ਵੀ ਜਾਣਦੇ ਇਹਨੂੰ ਛੱਡ ਮੇਰਾ ਭਰਾ ਇਹ ਦੱਸ ਨਸ਼ਾ ਕਿਹੜਾ ਕੀਤਾ ਨਸ਼ਾ ਭਾਈ ਸਾਰੇ ਅੱਜ ਦਾ ਬਲੌਗ ਹੈਗਾ ਜੀ ਗੋਲੇ ਹੁਣੀ ਚੱਲੇ ਆ ਡਬਈ ਤੇ ਅੱਜ ਕਹਿੰਦਾ ਸ਼ੋਪਿੰਗ ਕਰਨੀ ਆ ਪਰਸੋਂ ਦੀ ਟਿਕਟ ਆ 10 ਤਰੀਕ ਦੀ ਤੇ ਪਹੁੰਚ ਰਹੇ ਆ ਗੋਲੇ ਹੁਣੀ ਡਬਈ ਡੈਡੀ ਇਹਦਾ ਨਾਲ ਦੇ ਪਿੰਡ ਜਾਵੇ ਜਿਹੜਾ ਪਿੰਡ ਆਉਣਾ ਪਲੈਟਿਨਾ ਤੇ ਫੂਕਾ ਮਾਰ ਮਾਰ ਆਉਂਦਾ ਹੁੰਦਾ ਟੈਂਕੀ ਚ ਤੇਲ ਖਤਮ ਹੋ ਜਾਂਦਾ ਤੇ ਮੁੰਡਾ ਜਹਾਜੇ ਚੰਨ ਲੱਗਾ ਜੀ ਪਰਸੋਂ ਨੂੰ ਤੇ ਬਾਕੀ ਅੱਗੇ ਅੱਜ ਰਹਿਣਕ ਬਾਜ਼ਾਰ ਦੇਖਿਓ ਕੀ ਹੁੰਦਾ ਜੋ ਹੋਣਾ ਬੁੱਧੂ ਵੀ ਚੱਕ ਲਿਆ ਇੱਕ ਬੇਸਤੀ ਕਰਾਉਣ ਨੂੰ ਹੋਰ ਲੈ ਚੱਲੇ ਕਲਮਾ ਵਾਲਾ ਬਾਕੀ ਅੱਗੇ ਜਾ ਕੇ ਸਾਨੂੰ ਦਿਖਾਉਣੇ ਨਹੀਂ ਵਿੱਚ ਉਹ ਵੀ ਮਾੜਾ ਮੋਟਾ ਜਿੱਦਾਂ ਸ਼ਗਨ ਵਿਹਾਰ ਜਿਹੜਾ ਤੇਰੇ ਵੀ ਪਾਉਂਦੇ ਚੱਲ ਆ ਜਾਓ ਜੀ ਬਾਕੀ ਪਹੁੰਚਦੇ ਆ ਕਹਿੰਦੇ ਰੈਣਕ ਬਾਜ਼ਾਰ ਤੇ ਅੱਗੇ ਦਿਖਾਉਂਦੇ ਤੁਹਾਨੂੰ ਉੱਥੇ ਅਗਲਾ ਜੀ ਕੀ ਸਿਚੁਏਸ਼ਨ ਆ ਕਹਿੰਦੇ ਇੱਕ ਹੋਰ ਚੱਕ ਲਿਆ ਜੀ ਸਮਾਨ ਚੱਕਣ ਨੂੰ ਚਾਹੀਦਾ ਸੀ ਬੰਦਾ ਹੁਣ ਮੂੰਹ ਨਾਲ ਲੁਕਾ ਇਧਰ ਨੂੰ ਤੇ ਜਾ ਕੇ ਪਤਾ ਹੀ ਆ ਕਲਮਾ ਵਾਲੇ ਦਾ ਲੋਕਾਂ ਨੂੰ ਗੋਲੇ ਹੁਣਾਂ ਦਾ ਕਾਫਲਾ ਜੀ ਇੱਧਰ ਕਹਿੰਦੇ ਮਾਡਲ ਟਾਊਨ ਤੋਂ ਲੰਘਦਾ ਹੋਇਆ ਮੜ ਜਾ 10 ਤੇ ਜਾਓ ਮੜ ਜਾ ਤੂੰ ਇੱਥੇ ਅੰਕਲ ਤੂੰ ਡਵਾਈ ਚੱਲਾ ਮੁੰਡਾ ਆ ਜਾਓ ਅੱਗੇ ਅੰਕਲ ਜੀ ਹਾਂਜੀ ਅੰਕਲ ਜੀ ਹਾਂਜੀ ਗੋਲਾ ਡਵਾਈ ਚੱਲਾ ਡਵਾਈ ਦੱਸਿਓ ਨਾ ਕਿਸੇ ਨੂੰ ਦੱਸਿਓ ਨਾ ਕਿਸੇ ਨੂੰ ਬਾਅਦ ਚ ਮਿਲੂਗਾ ਆਣ ਕੇ ਠੀਕ ਆ ਜੀ ਮੜ ਜਾ ਪਤਾ ਲੱਗ ਜੂਗਾ ਤੂੰ ਮਾਡਲ ਟਾਊਨ ਵਾਲਿਆਂ ਨੂੰ ਮੁੰਡਾ ਕਿਤੇ ਜਾ ਰਿਹਾ ਵਾ ਗੋਲੇ ਹੁਣੀ ਪਹੁੰਚ ਗਏ ਕਹਿੰਦੇ ਰੈਣਕ ਬਾਜ਼ਾਰ ਉਹ ਬਾਜ਼ਾਰ ਆ ਜਿੱਥੇ ਕਹਿੰਦੇ ਛੱਪੜ 'ਚ ਬੜੀਆਂ ਮੱਝਾਂ ਤੇ ਬਾਜ਼ਾਰ ਆਹ ਵਾਲੇ 'ਚ ਬੜੀਆਂ ਬੁੜੀਆਂ ਨਹੀਂ ਨਿਕਲਦੀਆਂ ਕਹਿੰਦੇ ਲੈਣੀ ਸ਼ੋਪਿੰਗ ਕਰਨੀ ਆ ਚਲੋ ਹੁਣ ਕਿੱਧਰ ਨੂੰ ਜਾਂਦੇ ਅੱਗੇ ਦਿਖਾਉਂਦੇ ਤੁਹਾਨੂੰ ਭਾਜੀ ਗੋਲਾ 'ਚ ਲੱਡ ਬਾਈ ਦੱਸਿਓ ਨਾ ਕਿਸੇ ਨੂੰ ਹਾਂਜੀ ਨਾ ਦਰਦੀਆਂ ਬੁੱਧ ਦੇ ਤਾਂ ਗੂਠਿਆਂ ਦੇ ਪਾ ਕੇ ਕਿਹੜੀ ਆ ਆ ਜਾਓ ਅੱਗੇ ਸਾਨੂੰ ਦਿਖਾਉਂਦੇ ਜਲੰਧਰ ਦਾ ਬਾਜ਼ਾਰ ਟੈਚੀ ਵਾਲੀ ਲੱਭ ਦੁਕਾਨ ਕਿੱਥੇ ਆ ਚਾਹ ਇੰਨਾ ਦੇਖ ਲਓ ਮੰਮੀ ਘਰ ਚਾਹ ਪੱਤੀ ਨੂੰ ਤਰਸਣ ਡਈ ਆ ਤੇ ਮੁੰਡਾ ਡਵਾਈ ਚੱਲਾ ਇੱਧਰ
ਬਾਕੀ ਅਸੀਂ ਮੂਰਾ ਨਸਲ ਦਾ ਝੋਟਾ ਵੀ ਲਿਆਂਦਾ ਉਹ ਵੀ ਹੌਲੀ ਹੌਲੀ ਆ ਰਿਹਾ ਕੁੜਤੇ ਪਜਾਮੇ ਚ ਟੈਚੀ ਮੁੰਡਾ ਡਬਈ ਚੱਲਾ ਮੜ ਜਾ ਖਬਰ ਛਾਪ ਦਿਓ ਬਾਜ਼ਾਰ ਚ ਇਹ ਨੀ ਆਏ ਪਸੰਦ ਇਹ ਨੀ ਆਏ ਪਾਪਾ ਜੀ ਹਾਂਜੀ ਡਬਈ ਚੱਲਾ ਡਬਈ ਦੱਸਣਾ ਦੱਸਣਾ ਨੀ ਕਿਸੇ ਨੂੰ ਮੁੰਡਾ ਡਬਈ ਚੱਲਾ ਹਾਂਜੀ ਟੈਚੀ ਉਹੀ ਲੈ ਲਾ ਬਹੁਤ ਜਾਣਾ ਤੂੰ ਐਲੇ ਉੱਥੇ ਕਹਿੰਦਾ ਟੈਚੀ ਨੀ ਪਸੰਦ ਪਲਾਸਟਿਕ ਵਾਲੇ ਲੈਣੇ ਆ ਉਹਨੂੰ ਡੈਡੀ ਹੁੰਦਾ ਤੇਰਾ ਉਹਨੇ ਸੇਬੇ ਵਾਲੀ ਬੋਰੀ ਲੈ ਜਾਣੀ ਸੀਗੀ ਵਿੱਚ ਕੱਪੜੇ ਪਾ ਕੇ ਬਾਕੀ ਆ ਉਹ ਜਗ੍ਹਾ ਉੱਥੇ ਜਿੱਥੇ ਕਹਿੰਦੇ ਇਤਿਹਾਸ ਸਿਰਜਿਆ ਸੀ ਬੁੱਧੂ ਦਾ ਅਤੇ ਵੀਡੀਓ ਬਣੀ ਸੀ ਹਾਏ ਹਾਏ ਰੱਬਾ ਕੱਡਾ ਭਾਈ ਇੱਧਰ ਨੂੰ ਦੌੜਿਆ ਸੀ ਬੁੱਧੂ ਨੂੰ ਕਮਲੀ ਪੈ ਗਿਆ ਸੀ ਉਹ ਆਉਂਦਾ ਮਗਰ ਲੁੱਕ ਗਿਆ ਹਜੇ ਬੁੱਧੂ ਓਏ ਗੋਲੇ ਹੁਣੀ ਚੱਲੇ ਡਬਈ ਅੱਗੇ ਜਿੱਦਾਂ ਅੱਧੇ ਪੰਜਾਬ ਨੂੰ ਪਤਾ ਸੀ ਹੁਣ ਬਾਜ਼ਾਰ ਨੂੰ ਦੇਖਿਓ ਕਦਾਂ ਪਤਾ ਲੱਗਦਾ ਅੱਗੇ ਜਾ ਕੇ ਚੱਲ 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 ਨਹੀਂ ਨਹੀਂ ਜਾ ਰਿਹਾ ਵਾ ਜਾ ਰਿਹਾ ਵਾ ਚੱਲ ਬੁੱਧੂ ਅੱਗੇ ਜਾ ਕੇ ਅੱਗੇ ਜਾ ਕੇ ਅੱਗੇ ਜਾ ਕੇ ਚੱਲ ਲੇਡੀਜ਼ ਬਚ ਕੇ ਪੂਰਾ ਨਸਲ ਦਾ ਝੋਟਾ ਫਿਰਨ ਤੇ ਆ ਬਾਜ਼ਾਰ ਚ ਕੀ ਲੇਡੀਜ਼ ਬਚ ਕੇ ਪੂਰਾ ਨਸਲ ਦਾ ਝੋਟਾ ਫਿਰਨ ਤੇ ਆ ਮੈਂ ਤਾਂ ਨਹੀਂ ਬੁੱਧੂ ਨਿਆਣੇ ਇੱਥੇ ਬੁੱਧੂ ਹੋ ਜਵੇ ਫੇਕਰ ਹੀ ਅੰਕਲ ਜੀ ਆ ਮੁੰਡਾ ਡਬਈ ਜਾ ਰਿਹਾ ਕਿੱਥੇ ਗਿਆ ਦੱਸਿਓ ਨਾ ਗਾਹ ਕਿਸੇ ਨੂੰ ਗੱਲ ਨਹੀਂ ਕਰਨੀ ਗਾਹ ਕਿਸੇ ਨਾਲ ਗੱਲ ਨਹੀਂ ਕਰਨੀ ਕੀ ਕਹਿੰਦਾ ਕਿਹੜੀ ਕਾਲਾ ਲੂਣ ਹੈਗਾ ਅੰਕਲ ਕਾਲਾ ਲੂਣ ਗਰਾਰਾ ਗਰਾਰਾ ਕਰਾ ਦਈਏ ਇਹਨੂੰ ਆ ਜਾਓ ਤੁਹਾਨੂੰ ਅੱਗੇ ਟੈਚੀ ਨੀ ਲੱਭ ਰਹੀ ਦੁਕਾਨ ਐਡਾ ਬਾਜ਼ਾਰ ਆ ਤੇ ਗੋਲੇ ਹੁਣਾਂ ਨੂੰ ਟੈਚੀਆਂ ਦੀ ਦੁਕਾਨ ਨੀ ਲੱਭ ਰਹੀ ਕਿੰਨਾ ਕਰ ਇਹਨੂੰ ਇੰਗਲਿਸ਼ ਕਹਿ ਅੰਕਲ ਮੈਂ ਡਬਈ ਜਾ ਰਿਹਾ ਇੰਗਲਿਸ਼ ਕਹਿ ਹਾਂ ਚੱਲ ਵੇ ਚੱਲੀਏ ਲੈ ਲਾ ਮਿਲਕ ਬਦਾਮ ਲੈ ਲਾ ਇਧਰ ਮਿਲਕ ਬਦਾਮ ਗੋਲੇ ਹੁਣੀ ਪਲਾਉਣ ਲੱਗੇ ਅੱਜ ਇਹ ਤਾਂ ਨਹੀਂ ਤਾਂ ਨਿਆਣਿਆਂ ਤੋਂ ਖੋ ਖੋ ਚੀਜ਼ਾਂ ਨੀ ਛੱਡੀਆਂ ਅੱਜ ਨਿਆਣਿਆਂ ਨੂੰ ਖਿਲਾਉਣ ਡੇ ਆ ਉਹ ਤੇ ਟਿੱਕੀਆਂ ਖਾਈ ਜਾਂਦੇ ਲੋਕੀ ਕਹਿ ਮੜ ਜਾ ਚੱਲ ਲੋਕੋ ਉੱਠੋ ਤੁਹਾਨੂੰ ਟਿੱਕੀਆਂ ਦੀ ਪਈ ਮੁੰਡਾ ਡਬਈ ਚੱਲਾ ਚੱਲ ਇੱਧਰ ਨੂੰ ਜਾਣਾ ਇਹਨੂੰ ਪੇੜੇ ਪੂੜੇ ਦੋ ਕਰਕੇ ਬਾਜ਼ਾਰ ਇੰਨਾ ਤੰਗ ਵਾ ਅੱਧਾ ਰਸ਼ ਤਾਂ ਬੁੱਧੂ ਨੇ ਪਾਇਆ ਇੱਧਰ ਉਹ ਦੁਕਾਨ ਤਾਂ ਇੱਧਰ ਆ ਇੱਧਰ ਕੀ ਜਾਣਾ ਇੱਧਰੋਂ ਲੰਘਣਾ ਕਿੱਦਾਂ ਤੂੰ ਏਦਾਂ ਕਰ ਲੋਕਾਂ ਨੂੰ ਕਨੇਡੀ ਚਾਲ ਲਾ ਲੋਕਾਂ ਨੂੰ ਕਨੇਡੀ ਚਾਲ ਲਾ ਫੇਰ ਲੰਘ ਇੱਧਰੋਂ ਗੋਲੇ ਓਏ ਆਹ ਚੂੜੇ ਵੀ ਮਿਲਦੇ ਆ ਨਕਲਾਂ ਦੇ ਉਦਾਂ ਮੰਗ ਜਾਂਦਾ ਇੱਕ ਪੱਕਾ ਹੀ ਲੈ ਜਾਂਦਾ ਇੱਥੋਂ ਹੈ ਓਏ ਇਹਨੂੰ ਬੜਾ ਸ਼ੌਂਕ ਆ ਜੀ ਕੀ ਕਹਿੰਦਾ ਅੰਕਲ ਨੂੰ ਕੋਲੋਂ ਮੇਰਾ ਨਾਮ ਲੈ ਲਿਓ ਦਰਾਮ ਲੈਣੇ ਆ ਅੱਜ ਨੀਂਦ ਥੋੜਾ ਆਉਣੀ ਗੋਲੇ ਹੁਣਾਂ ਨੂੰ ਮੈਂ ਕਹਿੰਦਾ ਮੰਮੀ ਡੈਡੀ ਨੂੰ ਪਹਿਲਾਂ ਬੀਪੀ ਦੀ ਗੋਲੀ ਖਿਲਾ ਦੇ ਪਤਾ ਲੱਗ ਗਿਆ ਨਾ 3000 ਦਰਾਮ ਲੈਣ ਆਇਆ ਮੁੰਡਾ ਨੀਂਦ ਨੀ ਆਉਣੀ ਉਹਨਾਂ ਨੂੰ ਡੈਡੀ ਸੁਣਦਾ ਉੱਥੇ ਦਰਾਮ ਪਾਊਗੇ ਡੈਡੀ ਹੁਣੇ ਭੁੰਜੇ ਪੈਣੇ ਚਟਾਈ ਤੇ ਅੱਜ
ਮੰਮੀ ਨੇ ਦਰਾਮ ਦਰਾਮ ਮੰਮੀ ਨੇ ਦੇਣਾ ਇਹ ਖਲੋਣਾ ਹਾਂ ਉਹਦਾ ਡੈਡੀ ਮਿਲਿਆ ਸੀ ਸਵੇਰੇ ਮੈਂ ਉਹਦੇ ਕੋਲ ਖੜਾ ਹੋ ਗਿਆ ਗੁਰਦੁਆਰੇ ਚੱਲਾਂ ਸੀ ਹਾਂ ਕਹਿੰਦਾ ਗੋਲੇ ਨੂੰ ਜ਼ਰੂਰ ਕਹਿ ਦੇ ਚੇਤੇ ਨਾਲ ਗਾਂ ਠੰਡ ਹੋ ਜਾਣੀ ਆ ਹਾਂ ਉਹ ਜਿਹੜੀ ਇੱਕ ਬਾਂਗਲ ਟੋਪੀ ਨਹੀਂ ਹੁੰਦੀ ਮੋਕੀ ਕੈਪ ਹਾਂ ਮੋਕੀ ਕੈਪ ਕਹਿੰਦਾ ਉਹ ਲੈ ਕੇ ਆਈ ਕਹਿੰਦਾ ਦਵਾਈ ਤੋਂ ਇਹਨੂੰ ਕਹਿ ਦੇ ਕਹਿੰਦਾ ਪਰ ਉੱਥੇ ਤਾਂ ਆਪ ਗਰਮੀ ਹੋਣੀ ਆ ਉੱਥੇ ਤਾਂ ਆਪ ਗਰਮੀ ਹੋਣੀ ਮੰਮੀ ਨੂੰ ਉੱਨ ਲਿਆ ਦੀ ਆਪ ਹੀ ਬੋਲੂਗੀ ਟੈਚੀ ਨਹੀਂ ਲੱਭਦੇ ਪਏ ਜੀ ਹੁਣ ਟੈਚੀ ਲੱਭਣ ਡੇ ਆ ਬੁੱਧੂ ਹੁਣੀ ਐਨ ਜਿੱਦਾਂ ਮੋਰੇ ਕਹਿੰਦੇ ਬੁੱਧੂ ਆ ਕੀ ਓਏ ਥੱਲੇ ਥਾਲਿਆ ਸਟੈਂਡ ਬਣਾਇਆ ਦੋਜੀਆਂ ਵਾਲਾ ਡਬਲ ਜੂ ਬਣਿਆ ਥੱਲੇ ਡਬਲ ਜੂ ਬਣਿਆ ਲੱਤਾਂ ਵੀ ਕੀ ਕਰਨ ਮਨੋਖੀ ਏਡਾ ਚਲੋ 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 ਸਤਿ ਸ਼੍ਰੀ ਅਕਾਲ ਭਾਜੀ ਮੁੰਡਾ ਚੱਲਾ ਡਬਈ ਪਹਿਲਾਂ ਤਾਂ ਦੋ ਵਧਾਈਆਂ ਉਹਨੂੰ ਫਿਰ ਟੈਚੀ ਦਿਖਾਓ ਇੱਕ ਇਹ ਨਹੀਂ ਜਾ ਰਿਹਾ ਇਹ ਜਾ ਰਿਹਾ ਆਬੂ ਧਾਬੀ ਹਾਂਜੀ ਟੈਚੀ ਦਿਖਾਓ ਏਦਾਂ ਦਾ ਪੱਚੀ ਤੀਹ ਸਾਲ ਨਾ ਜਾਵੇ ਕਿਤੇ ਇਹ ਤਾਂ ਮੁੰਡੇ ਨੇ ਹਫ਼ਤੇ ਲਈ ਡਬਈ ਜਾਣਾ ਪਹਿਲਾਂ ਉਹ ਚਾਹੀਦਾ ਓਦਾਂ ਦਾ ਲਿਆਓ ਆਲੂ ਪਾ ਕੇ ਰੱਖਣੇ ਵਿੱਚ ਮੁੜ ਕੇ ਜਿੱਦਾਂ ਪੱਚੀ ਤੀਹ ਕੰਮ ਦਵੇ ਏਦਾਂ ਦਾ ਟੈਚੀ ਦਿਖਾ ਲਿਓ ਅੰਕਲ ਸਮਾਨ ਚੱਕਣਾ ਬੇਇੱਜ਼ਤੀ ਕਰਾਉਣੀ ਆ ਕਾਹਦੇ ਲਿਆਂਦਾ ਤੈਨੂੰ ਨਾਲ ਉਹ ਚੱਕ ਪਹਿਲਾਂ ਉਹਦੇ ਡੰਡਾ ਜਿਹਾ ਪਿਆ ਲਿਆ ਭਾਜੀ ਪੋਚਾ ਹੁਣ ਏਦਾਂ ਸਾਡੀ ਵੀ ਸ਼ਰਤ ਵਾ ਪੋਚਾ ਮੁੰਡੇ ਨੇ ਖੜੇ ਹੋ ਕੇ ਮਾਰਨਾ ਤੇ ਉਹ ਹੋਵੇ ਡੰਡੇ ਵਾਲਾ ਵੇਟ ਦੱਸ ਕਿੰਨਾ ਕੁ ਪਾਉਣਾ ਕੱਪੜੇ ਤਾਂ ਥੋੜੇ ਹੀ ਆ ਬਾਕੀ ਇੱਟਾਂ ਲੈ ਕੇ ਜਾਣੀਆਂ ਬਤਨ ਦੀ ਮਿੱਟੀ ਹੋਰ ਹਾਂਜੀ ਅੰਕਲ ਰੰਗ ਏਦਾਂ ਦਾ ਹੋਵੇ ਦੱਸਣਾ ਨਾ ਪਵੇ ਡਬਈ ਚੱਲਾਂ ਠੀਕ ਆ ਅੰਕਲ ਜੀ ਮੈਂ ਕਿਹਾ ਰੰਗ ਏਦਾਂ ਦਾ ਹੋਵੇ ਦੱਸਣਾ ਨਾ ਪਵੇ ਮੁੰਡੇ ਨੂੰ ਡਬਈ ਚੱਲਾਂ ਚਲੋ ਜੀ ਆ ਜਾਓ ਉੱਪਰ ਆ ਜਾਓ ਆ ਜਾਓ ਆ ਜਾਓ ਚੱਲ 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 ਪਹਿਲਾਂ ਸਾਡੀ ਗਾਂ ਚੜਾਓ ਉੱਪਰ ਪੌੜੀਆਂ ਤੇ ਚੱਲ ਆ ਜਾ ਫਸ ਚੱਲਾਂ ਮੁੰਡਾ ਪਹਿਲਾਂ ਤਾਂ ਡਬਈ ਚੱਲਾ ਵਧਾਈਆਂ ਦੋ ਭਾਜੀ ਉਹ ਸਵਾ ਵਧਾਈਆਂ ਸਵਾ ਵਧਾਈਆਂ ਜੀ ਸਵਾ ਵਧਾਈਆਂ ਆ ਕਿੰਨੇ ਕਿਲੋ ਦਾ ਸਵਾ ਵਧਾਈਆਂ ਜੀ ਸਵਾ ਵਧਾਈਆਂ ਹਾਂਜੀ ਇਹ ਭਾਜੀ ਕਿੱਦਾਂ ਇਹ ਲਿਸ਼ਕਾਰੇ ਤੇ ਭੇਜਣਾ ਇਹਨੂੰ ਮੁੰਡੇ ਨੂੰ ਡਬਈ ਭੇਜਣਾ ਟੈਚੀ ਏਦਾਂ ਦਾ ਇਹਨੂੰ ਵਧੀਆ ਜਿਹਾ ਦਿਖਾਓ ਕਰ ਦੂੰਗਾ ਹੁਣ ਮੈਂ ਬਾਹਰ ਆ ਮੈਨੂੰ ਚਾਰ ਪ੍ਰੋਗਰਾਮ ਹੋ ਰਿਹਾ ਉਹ ਵੀ ਨਵਾਉਣੇ ਆ ਜਿੱਦਾਂ ਉਹ ਚੁੱਪ 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 ਮੰਮੀ ਦਾ ਫੋਨ ਆਇਆ ਉਹਦੀ ਦਾ ਇਦਾਂ ਕਰੋ ਕੀ ਕਹਿੰਦੀ ਮੰਮੀ ਮੰਮੀ ਕੀ ਕਹਿੰਦੀ ਮੰਮੀ ਕਹਿੰਦੀ ਨਾਲ ਲੈ ਜਾ ਅੱਧਾ ਪਿੰਡ ਦਰਾਮ ਲੈਣ ਗਿਆ ਖਤਰਾ ਮੁੰਡੇ ਨੂੰ ਫੜ ਕੇ ਲਿਆ ਕਹਿੰਦੀ ਨਾਲ ਦਿਖਾਓ ਭਾਜੀ ਕਿਹੜਾ ਦੇਖਣਾ ਟੈਚੀ ਇਹ ਕਿੰਨੇ ਕਿਲੋ ਪੈਂਦਾ ਭਾਜੀ ਇਹ ਚ ਵੇਟ ਤੀਹ ਕਿਲੋ ਫਿਰ ਤਾਂ ਬੁੱਧੂ ਦਾ ਕੱਛਾ ਹੀ ਆਉਣਾ ਇੱਕ ਚ ਬੁੱਧੂ ਨੂੰ ਭੇਜਣਾ ਐਨ ਵਧੀਆ ਜਿਹਾ ਦਿਖਾ ਲਿਓ ਕੰਮ ਜਿੱਦਾਂ ਬਹੁਤ ਸਾਲ ਬਾਅਦ ਲੈਣਾ ਇਹਨੇ ਮੁੰਡੇ ਨੇ ਪਤਾ ਨੀ ਕਿੰਨੇ ਕੁ ਜਿੱਦਾਂ ਕਹਿ ਲਓ ਡੈਡੀ ਇਹਦੇ ਆਲੂਆਂ ਦਾ ਕੰਮ ਆ ਬਾਅਦ ਚ ਆਲੂ ਆਲੂ ਵੀ ਪਾ ਕੇ ਲਿਆਉਣੇ ਸਟੋਰ ਤੋਂ ਬੰਦਾ ਬਾਥਰੂਮ ਕਰਨ ਗਿਆ ਬਾਹਰ ਬਾਜ਼ਾਰ ਚ ਨਾ ਡਿੱਗੇ ਜਾ ਕੇ ਮੀਡੀਅਮ ਸਾਈਜ਼ ਦਾ ਬਈ ਹਾਂ ਹਾਂ ਇਦਾਂ ਹੀ ਚਾਹੀਦਾ ਰੰਗ ਦੇ ਤਾਂ ਰੰਗ ਵੀ ਇਦਾਂ ਦਾ ਹੋਵੇ ਦੱਸਣਾ ਨਾ ਪਵੇ ਅਸੀਂ ਚੱਲੇ ਆ ਡਬਈ ਠੀਕ ਆ ਜੀ ਲੋਕ ਇਦਾਂ ਇਧਰੋਂ ਲਾਊਗਾ ਕੋਲ ਡੈਡੀ ਖੜਾ ਕਰ ਲਈ ਉਹਨੇ ਉਦਾਂ ਨੀ ਖੋਲਣ ਦੇਣਾ ਕਲਰ ਦੇਖ ਤਾਂ ਸਹੀ ਆ ਨਾ ਹੁਣ ਆ ਗਿਆ ਪਸੰਦ ਭਾਜੀ ਪ੍ਰਾਈਜ਼ ਕਿੰਨਾ ਇਹਦਾ ਪ੍ਰਾਈਜ਼ ਕਿੰਨਾ ਹੈਂ ਪਹਿਲਾਂ ਪਾਣੀ ਲਿਆਓ ਮੁੰਡੇ ਨੂੰ ਦੇਖਦਾ ਇਹ ਚ ਕੀ ਰੱਖਣਾ ਅੰਦਰ ਖਰੇ ਮੇਰੇ ਖਿਆਲ ਨਾਲ ਲੱਡੂਆਂ ਟਕਣ ਵਾਲਾ ਤੁਸੀਂ ਉੱਤੇ ਅੰਦਰ ਦਿੱਤਾ ਮੋਮ ਜਾਮ ਦੇਖਦਾ ਹੁਣ ਪਸੰਦ ਵਾ ਆਪਣਾ ਭਰ ਦੇਣਾ ਚਾਰ ਕਮੀਜ਼ਾਂ ਹੋਣੀਆਂ ਦੋ ਪੈਂਟਾਂ ਤੂੰ ਮੰਗ ਮੰਗ ਪਾ ਲੈਣੀਆਂ ਉੱਥੇ ਕਿਸੇ ਦੀਆਂ ਹੋਰ ਕੀ ਲੈ ਕੇ ਜਾਣਾ ਇਸ ਤੋਂ ਵੱਡਾ ਕਿਹੜਾ 25 ਕਿਲੋ ਬੂਟ ਇਹ ਕਿੰਨੇ ਦਾ ਵਾ ਜੀ ਮਸਜਿਦ ਤੋਂ ਚੱਕ ਲਈ ਠੀਕ ਆ ਇਹ ਬੰਦਾ ਛੱਡਣ ਜਾਊਗਾ ਹਨਾ ਏਅਰਪੋਰਟ ਤੇ ਠੀਕ ਆ ਜੀ
ਸਾਡਾ ਬੰਦਾ ਜਾਊਗਾ ਨਾ ਛੱਡਣ ਦੁਕਾਨ ਵਾਲਿਆਂ ਦਾ ਬਸ ਫੇਰ ਠੀਕ ਆ ਜੀ ਕਿਹੜਾ 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 ਇਹ ਮੰਮੀ ਦੀ ਬਰੀ ਬਰੀ ਭੇਜਣੀ ਜਿਹੜੀ ਵਿਆਹ ਤੇ ਭੇਜੀ ਤੇ ਹੁੰਦੀ ਮੰਮੀ ਦੀ ਮੈਂ ਬਰੀ ਭੇਜਣੀ ਕਹਿੰਦਾ ਹਾਂ ਸਹੀ ਆ एक पजामा दो पेंटा चार टी शर्टा दो कच्छियां बस बंग मंग में जो मिल गया बाकी ओ पा लेना बेच इन्होंने 28 किलो तो ठीक है भाजी लेने का असं दो अटैची जिदा वीजा लवाना दिता सी दुबई तो गांह इंग्लैंड जाना सीगा वह कंप्यूटर भन ले अंबेसी वालिया ने इहदी शकल देख के कहिंदे इहनू भी दे सकदे आ वीजा जो पासपोर्ट दिता कंप्यूटर टुटने जिदा कह लो शुरू हो गए उत्थे अंबेसी च ਉਹ ਤਾਂ ਅਸੀਂ ਪਾਸਵਰਡ ਮੰਗਾ ਲਿਆ ਨਹੀਂ ਤਾਂ ਨੁੱਕਰਾ ਕੱਟ ਦੇਣੀ ਆਈ ਪਾਸਵਰਡ ਬਰਮਿੰਗਮ ਵਾਲੇ ਤਾਂ ਅੰਬੈਸੀ ਬੰਦ ਕਰ ਗਏ ਇਹਨੂੰ ਦੇਖ ਕੇ ਸ਼ਕਲ ਇਦਾਂ ਦੀ ਆ ਇਹਦੀ ਸਾਈਜ਼ ਜਿਹੜਾ ਮਰਜ਼ੀ ਦੇ ਦਿਓ ਸੇਵਾ ਹੀ ਆ ਕਰ ਸਮਝ ਨੂੰ ਬਹੁਤ ਉੱਥੇ ਚੱਲਾਂ ਤੂੰ ਐਲੇ ਪੱਕਾ ਹੀ ਘੜੀਸ ਕੇ ਆ ਇਹਨੂੰ ਮਾੜਾ ਜਾ ਬਾਜ਼ਾਰ ਜਾ ਕੇ ਆ ਨਾ ਬਾਜ਼ਾਰ ਜਾ ਕੇ ਮਾੜਾ ਜਾ ਗੇੜਾ ਗੇੜਾ ਦਵਾ ਕੇ ਲਿਆ ਇਦਾਂ ਦੇ 10 ਟੈਚੀ ਦਾ ਬੁੱਧੂ ਦੇ ਇੱਕ ਸਾਈਡ ਤੇ ਹੀ ਆ ਜਾਣਾ ਮੂੰਹ ਚ ਬੁੱਧੂ ਟੈਚੀਆਂ ਦੀ ਤਾਂ ਲੋੜ ਹੀ ਨੀ ਬੁੱਧੂ ਕੰਨ ਚ ਬੂਟ ਵੱਟ ਪਾ ਲਈ ਬਾਕੀ ਸਮਾਨ ਉਦਾਂ ਤੂੰ ਤਾਂ ਸਗੋਂ ਏਅਰ ਇੰਡੀਆ ਵਾਲਿਆਂ ਨਾਲ ਕੰਟਰੈਕਟ ਕਰ ਮੈਂ ਧੁੰਨੀ ਚ ਲੈ ਕੇ ਜਾਇਆ ਕਰੂੰ ਮੈਨੂੰ ਦੱਸੋ ਕਿੰਨੇ ਪਰਸੈਂਟ ਤੁਸੀਂ ਦੇਣੀ ਵਿੱਚ ਟੈਕਸ ਕੁਲੀ ਹੋ ਜਾ ਤਿਆਰ ਟੈਚੀ ਲੈ ਲਿਆ ਚੱਕਣ ਨੂੰ ਤੈਨੂੰ ਕਾਹਦੇ ਲਿਆਂਦਾ ਕੀ ਕਹਿੰਦਾ ਮੈਂ ਕਿਹਾ ਭਾਜੀ ਹਾਂ ਪੈਂਟ ਲਾ ਕੇ ਦੇ ਮੈਂ ਤੈਨੂੰ ਧੋ ਕੇ ਦੇ ਜਾਣਾ ਅਗਲੇ ਵਾਰ ਜਲੂਸ ਕੱਢਿਆ ਪਰ ਅੱਜ ਕੀ ਕਹਿੰਦਾ ਮੈਂ ਕਿਹਾ ਪੈਂਟ ਮੈਨੂੰ ਤੇ ਅਗਲੇ ਐਤਵਾਰ ਬਾਜ਼ਾਰ ਫੜਾ ਜਾਣਾ ਧੋ ਕੇ ਕੱਢਿਆ ਪਿਆ ਉਹਦੇ ਇੰਨੀ ਕਾਲੀ ਹੋਈ ਵੀ ਨਹੀਂ ਨਹੀਂ ਭਾਜੀ ਲੋਕ ਦੱਸੋ ਲੋਕ ਲੋਕ ਤੋਂ ਬਿਨਾ ਕਿੱਥੇ ਗੱਲ ਬਣਨੀ ਇੰਨਾ ਮਹਿੰਗਾ ਵਾ ਕੱਪੜੇ ਪਤਾ ਕਿੰਨੇ ਦੇ ਲੈ ਕੇ ਚੱਲਾਂ ਮੁੰਡਾ ਮੈਂ ਤੈਨੂੰ ਦੱਸਣ ਲੱਗਾ ਪਾਇਲ ਦੀਆਂ ਚੱਪਲਾਂ 95 ਵਾਲੀਆਂ ਹੋਣੀਆਂ ਜੇ ਰਾਹ ਚ ਕਿਸੇ ਨੇ ਕੱਢ ਲਈਆਂ ਉੱਥੇ ਫਲੈਟ ਵਾਲਿਆਂ ਨੇ ਕੌਣ ਜ਼ਿੰਮੇਵਾਰ ਆ ਸਾਰਿਆਂ ਨੂੰ ਦੱਸਤਾ 00 ਦੇਖੋ ਜੀ ਇਧਰ ਨਵਾਂ ਕਹਿੰਦੇ ਸਿਸਟਮ ਭਾਜੀ ਕਿੰਨਾ ਚਿਰ ਹੋ ਗਿਆ ਜਿਦਾਂ ਆਹ ਵਾਲਾ ਸਿਸਟਮ ਆ ਇਹਨੂੰ ਭਾਜੀ 330 ਸੈਟ ਦੇ ਦੋ ਬੁੱਧੂ ਨੇ ਪੱਦ ਮਾਰਿਆ ਓਦਾਂ ਟੈਚੀ ਪਾੜ ਜਾਣਾ ਨਹੀਂ 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 ਭਾਜੀ ਜੇ ਰਾਹ ਚ ਕਿਸੇ ਨੇ ਕੱਢ ਲਿਆ ਤੂੰ ਹੌਲੀ ਹੌਲੀ ਘੱਟ ਯਾਰ ਇਕੱਠਾ ਹੀ ਘੱਟ ਗਿਆ ਤੂੰ ਫੜਾ ਯਾਰ ਪੈਸੇ ਪਹਿਲਾਂ ਫੜਾ ਉਹਨੂੰ ਪੈਸੇ
ਭਾਜੀ ਫੜਾ ਨਹੀਂ ਯਾਰ ਚੰਗਾ ਲੱਗਦਾ ਫੜਾ ਯਾਰ ਇੰਨੇ ਉਹ ਨਹੀਂ ਭਾਜੀ ਜਿਆਦਾ ਘੱਟ ਵਾ ਯਾਰ ਪਹਿਲੀ ਵਾਰੀ ਆਏ ਹੋਰ ਕਿੱਥੇ ਅੱਗੇ ਤੂੰ ਕਿੱਥੇ ਜਾਂਦਾ ਰਿਹਾ ਅੱਗੇ ਕਿੱਥੇ ਜਾਂਦਾ ਰਿਹਾ ਤੂੰ ਭਾਜੀ ਮੋੜ ਯਾਰ ਯਾਰ ਹੌਲੀ ਹੌਲੀ ਕਢਾਈ ਦੇ ਹੁੰਦੇ ਦੁਕਾਨਦਾਰੀ ਵੀ ਨੀ ਆਉਂਦੀ ਸਾਨੂੰ ਮੈਂ ਸਿਖਾਉਂਦਾ ਚਲੋ ਫੜਾ ਉਹਨੂੰ ਯਾਰ ਪਾ ਓਏ ਤੂੰ ਕੱਠੇ ਫੜਾ ਤੇ ਓ ਨਹੀਂ 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 ਓ ਨਹੀਂ ਨਹੀਂ ਓਏ ਓ ਨਹੀਂ ਭਾਜੀ ਨਹੀਂ ਯਾਰ ਮੰਨਿਆ ਕਰੋ दो सौ दिया मुंडा इधर लत्ता घुट दंदा नाल लियांदा चलो आजा इधर लत्ता घुट आ भाजी दी दुकान आ सारे जने देख लियो आजो 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 इधर देखियो सांड इधर पौड़ी च नहा दियो साडा नंघ या शुगर नहीं तो इधर सेडा ते इधर तेल लाना पैना सी सरों का इन्हू थले लिया बोले होर कुछ देख ला अंकल जी मुंडा जा रहा दुबई बधाइया दो इन ਵਧਾਈਆਂ ਦੋ ਇਹਨੂੰ ਮੜਿਆ ਮੁੰਡਾ 1900 ਰੁਪਏ ਦਿੰਦੇ ਜੀ ਮੈਂ 1900 ਰੁਪਏ ਮੁੰਡਾ ਦੁਬਈ ਜਾ ਰਿਹਾ ਵਾ ਤੇ ਕਿਸੇ ਨੂੰ ਦੱਸਿਓ ਨਾ ਕਿਸੇ ਨੂੰ ਦੱਸਿਓ ਆ ਲੈ ਅੰਕਲ ਆ ਕਿਹੜੀ ਗੱਲ ਆ ਅੰਕਲ ਉਹ ਨਹੀਂ ਯਾਰ ਅੰਕਲ ਆ ਕਿਹੜੀ ਗੱਲ ਕਰਦੀ ਯਾਰ ਹਾਏ ਹਾਏ तेल बड़ा पीपा लीतो गए चो दे जो दराम अंदर बनने बड़ा किन्ने 15 किलो वाला हुंदा पीपा तेल दा सरों दे दो पीपे चोंदे गली चो चोंदा ही जावे तेल जदों दराम आ गए डील हो गई जी डन टैची कहिंदे ले लिया आ देखो शाम नूं पुजे ना उहनूं पैग लाउणा सी साडे करके हुण लून ना दारू पीनी पैनी उंगले एक हाथ से लून रख के उन्हें दारू पीनी पैनी पुजिए तो पैसे मार ले तुसी चल चक टैची चक ओए तेन कहते लिया आज चल बुद्धू मर जा दस लोगों तू टैची ले लिया इतों ही लो चला गो लड़ भाई आज ले लिया टैची इधर चल आज आ बंदा आया जी नाल आ देखो पेटीएम चक दे चक्की फिर आ चक आ ट्रेंडिंग च पेटीएम एक बारी फिर ए मेरी तरह तू ओए हो आ तू प्यार करे ओ बड़ा धूम ओ बस चल नहीं एक थोड़ा जा गाना जेड़ा मर्जी कंध ते चढ़ जाए पाके मेनू बीटबॉक्स भी आंदी आ ओ भी जानदे इहनू छड्ड मेरा भरा ये दस नशा केड़ा कीता नशा भाई सारे एक गाना हो जाए फिर हो ब्लॉग बनाने बिच ठीक है फिर ओदा गाना हो जाए कोई ओदा गाना हो जाए चल फिर मर जा चल फिर एक बार हो जाए एक बार गाना हो जाए गाना ये तो रिक्शा चला चला निकले है एक बार हो जाए फिर एक बार डांस हो जाए हाँ गाना उदा ही ला दे कोई तेरी प्यारी प्यारी दो अखियां तड़पाए मुझे सारी रतियां तेन मैं कह दी ना डैडी दा ख्याल रखिया कर मुड़ के इदा ही करना डैडी ने यार ओदा ख्याल नहीं रखना मुड़ के बाजारा च नचणा होंगे असि आउणा होर गाना हो जावे एक एक पंजाबी नहीं पंजाबी गाना गाना सेट नहीं आई ओ हो जावे
ਇਹ ਤਾਂ ਰਾਜ ਹੀ ਰੁਕ ਗਿਆ। ਇੰਗਲਿਸ਼ ਸੌਂਗ ਹੋ ਜਾਵੇ, ਇੱਕ ਵਾਰ ਇੰਗਲਿਸ਼ ਸੌਂਗ। ਹਾਂ ਬਾਲਣਾ ਪਵਾ ਲਈ ਹੁਣ ਨਹੀਂ ਗਾਣਾ ਇੱਕ ਪੰਜਾਬੀ ਚ ਹੋ ਜਾਵੇ ਹੁਣ ਇੱਕ ਛੋਟਾ ਜਿਹਾ ਨਾਲ ਕੰਧਾਂ ਟੱਪ ਕੇ ਮੈਂ ਆਵਾਂਗੀ ਆਵਾ ਬਣ ਕੇ। ਨਹੀਂ ਉਹ ਸਟੈਪ ਕਰ ਰਿਹਾ ਸਟੈਪ ਇੱਕ ਏਦਾਂ ਏਦਾਂ ਵਾਲਾ ਲੱਕ ਵਾਲਾ ਸਟੈਪ ਹੋ ਜਾਵੇ ਕਰੇ। ਗਾਣਾ ਇੱਕ ਗਾਣਾ ਵਧੀਆ ਜਿਹਾ ਗਾਣਾ ਸੁਣਾ ਦੇ, ਆਹ ਵਲੌਗ ਪਾਉਣਾ ਤੇਰਾ ਆਪਾਂ। ਹਾਂ ਕਿਤੇ ਉਹ ਵੀ ਬਣਾਉਂਦੇ ਪਏ। ਚਲੋ ਫਿਰ ਮਰ ਜਾ ਇੱਕ ਵਾਰੀ ਗਾਣਾ ਹੋ ਜਾਵੇ। ਨਹੀਂ ਪੰਜਾਬੀ ਗਾਣਾ ਬੱਬੂ ਮਾਨ ਦਾ ਇਹ ਬੱਬੂ ਮਾਨ ਦਾ ਸੁਣਾ ਦੇ ਕੋਈ। ਕਬਜ਼ਾ ਲੈਣਾ ਹੀ ਹੈ ਉਹ ਹੱਥ ਫੜ ਕੇ ਗੱਡਾ ਸੀ ਕਿਹੜੀ ਤੇ ਕਬਜ਼ਾ ਲੈਣਾ ਹੈ ਉਹ ਤੇਰੇ ਪਰ ਕੇ ਕਬਜ਼ਾ ਲੈਣਾ ਹੈ। ਇਹ ਨਹੀਂ ਆਉਂਦਾ ਸਿੱਧੂ ਮੂਸੇ ਵਾਲੇ ਦਾ ਸੁਣਾ ਦੇ ਕੋਈ। ਮੂਸੇ ਵਾਲੇ ਦਾ ਸੁਣਾ ਦੇ ਕੋਈ ਹੋ ਜਾਵੇ। ਐ ਨੱਤ ਕਰਾ ਦੀ ਕਹਿੰਦੇ। ਤੂੰ ਵੀ ਵੀਡੀਓ ਬਣਾਉਣਾ ਚੈਨਲ ਦੱਸ ਦੇ ਤੇਰਾ ਕਿਹੜਾ ਜੱਸੀ ਓਏ। ਦੋਸਤੋ ਸਬਸਕ੍ਰਾਈਬ ਕਰੋ ਮੇਰੇ ਚੈਨਲ ਕੋ, ਚੈਨਲ ਨੇਮ ਜੱਸੀ ਓਏ। ਇੰਗਲਿਸ਼ ਦੱਸ ਇੰਗਲਿਸ਼ J A S S I O Y E। ਹਾਂ ਲੁਕ ਜਾ ਹੁਣ ਇਹ ਕੰਬਲੀ ਓਏ। ਨਹੀਂ ਇਹ ਤਾਂ ਕੰਬਲੀ ਓਏ ਸ਼ਕੁੰਤਲਾ ਕੁੱਤੀ ਨੂੰ ਨਹੀਂ ਦਿੱਤੀ ਹੁੰਦੀ। ਚੱਕ ਆ ਵੀ ਹਾਲ ਹੈ ਚੱਕ। ਚਲੋ ਥੈਂਕ ਯੂ ਸੋ ਮਚ। ਓਕੇ ਜੀ ਓਕੇ ਮਾਮੇ ਕੁਛ ਨੀ ਕਹਿੰਦੇ ਹੈ ਨੀ ਗੇ ਨੱਚਦਾ ਹੀ ਜਾ। ਨਹੀਂ ਕੁਛ ਕਹਿੰਦੇ ਚੋਰੀ ਕਿਸੇ ਨੇ ਕਰਨੀ ਕੁੱਟ ਤੇਰੇ ਪੈ ਜਾਣੀ ਹੈ ਇੱਥੇ ਜਿੱਦਾਂ ਦਾ ਹੈਗਾ ਨੱਚਦਾ ਹੀ ਜਾ ਫੇ। ਸੋਨਾ ਯਾਰ ਮੈਂ ਬੰਦਾ ਦੱਸੋ ਚੋਰ ਲੱਗ ਰਿਹਾ ਤੁਹਾਨੂੰ। ਚੱਲ ਫੇ ਗਾਣਾ ਹੋ ਜਾਵੇ ਇੱਥੇ ਹੀ। ਜ਼ਿਆਦੀ ਆਡੀਅੰਸ ਆ ਫੇ ਕੀ ਹੋਇਆ ਕੋਟੀ ਖਾਣੀ ਤੂੰ। ਚੱਲ ਇੱਧਰ ਨੱਚਦਾ ਤਾਂ ਜਾ ਫੇ ਇੱਕ ਵਾਰੀ ਨੱਚਦਾ ਸਬਸਕ੍ਰਾਈਬ ਕਰ ਦਿੰਦੇ ਜ਼ਰੂਰ ਜੀ। ਆਹ ਸਟੋਰੀ ਪਾਤੀ ਜੱਸੀ ਹੋਏ ਕਰ ਲਿਓ ਸਾਰੇ ਜਾਣੇ ਸਬਸਕ੍ਰਾਈਬ। ਨੱਚਦਾ ਜਾ ਫੇ ਹਾਂਜੀ ਨੱਚਦਾ ਜਾ ਫੇ ਇੱਕ ਵਾਰੀ। ਹੁਣ ਪੈਤਲ ਨਾ ਕਢਾ ਲਈਆਂ ਲਾ ਦੇ ਇਹਨੂੰ ਇੰਨੀ ਠੰਡ ਨਹੀਂ ਹੋਈ। ਕਿੰਨੇ ਦਰਾਮ ਲਏ ਹੁਣ ਹੋ ਗਿਆ ਕੰਮ। ਮੰਮੀ ਨੂੰ ਫੋਨ ਕਰ ਲਾ ਤੂੰ ਆ ਰਹੇ ਆ ਕਦੇ ਨਿਕਲੇ। ਇੱਕ ਲੱਤ ਤੇ ਖੜੀ ਆ ਉਹ ਫੇਰ ਦੀ ਇੱਕ ਲੱਤ ਤੇ ਖੜੀ ਆ ਮੁੰਡਾ ਦਰਾਮ ਲੈ ਕੇ ਆ ਰਿਹਾ। ਚੱਲ ਮਾਮਾ ਹੋਰ ਕਿੰਨੇ ਲੈ ਕੇ ਪਾਣੀ ਵੀ ਉੱਡੀ ਜਾਂਦਾ ਪਿਆ ਕਹਿੰਦੇ ਇਹ ਤਾਂ ਇਦਾਂ ਜਿਦਾ ਉਹ ਨਹੀਂ ਪਾਣੀ ਬਾਰ ਕੇ ਫੇ ਬਹਾਨੇ ਇਹਦੀ ਮੰਮੀ ਨੇ ਦਰਾਮ ਅੰਦਰ ਘਰ ਦੇ। ਮੇਰੇ ਕਹਿੰਦਾ ਸਪੈਸ਼ਲ ਪੱਤੇ ਲਾ ਕੇ ਆਈ ਆ ਕਿਸੇ ਹੋਰ ਕੰਟਰੀ ਦੀ ਜਿਦਾਂ ਕਰੰਸੀ ਪਹਿਲੀ ਵਾਰੀ ਬਾਨੇ ਹੋਣੀ ਸਾਡੇ ਘਰ ਢੋਲ ਵਾਲੇ ਵੀ ਸੱਦ ਲੋ ਢੋਲ ਨਾਲ ਤਾਸ਼ੇ ਵਾਲਾ ਹੋਵੇ ਤਾਸ਼ੇ ਵਾਲਾ ਕੈਸ਼ ਆ ਜੇ ਡੈਗੇ ਤੇ ਦੇਖ ਲਓ ਦਰੀ ਬੈਸੀ ਜਾਣੀ ਆ ਤੁਹਾਡੇ ਦਰਾਂ ਮੋਰੇ। ਆ ਹੁਣ ਰਾਤ ਨੂੰ ਹੋਏ ਜੀ ਵਿਹਲੇ ਲਿਆ ਸਿਰਫ ਇੱਕ ਟੈਚੀ ਆ ਤੇ ਬਾਕੀ ਹੁਣ ਤੁਸੀਂ ਸਬਸਕ੍ਰਾਈਬ ਕਰ ਲਿਓ ਸਾਰੇ ਜਾਣੇ ਚੈਨਲ ਤੇ ਅਗਲੇ ਬਲੌਗ ਚ ਮਿਲਦੇ ਆ ਤੇ ਬਾਕੀ ਅਗਲਾ ਬਲੌਗ ਆਉਣਾ ਵਾ ਬੋਲੇ ਹੁਣ ਛੱਡਣ ਜਾਣਾ ਜਦੋਂ ਉੱਥੇ ਕੀਰਨੇ ਪਾਵਾਂਗੇ ਕਹਿੰਦੇ। ਬਾਕੀ ਪੁੱਤੂ ਕਹਿ ਮਾੜ ਜਾ ਤੂੰ ਵੀ ਤੁਸੀਂ ਸਬਸਕ੍ਰਾਈਬ ਕਰ ਲਿਓ ਚੈਨਲ। ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਨਹੀਂ ਸਬਸਕ੍ਰਾਈਬ ਸਬਸਕ੍ਰਾਈਬ ਜੋ ਵੀ ਸਬਸਕ੍ਰਾਈਬ ਚੈਨਲ ਬਟਨ ਦਬਾ ਲਓ ਟੰਟ ਟੰਟ ਕਰ ਦਿਓ।